everyone, ਅੱਜ ਅਸੀਂ ਗੱਲ ਕਰਨ ਲੱਗੇ ਆ ਉਹ ਆਰਟਿਸਟ ਦੀ ਜਿਨ੍ਹਾਂ ਨੇ ਆਪਣੀ ਕੁੰਡੀ ਮੁੱਛ ਦਾ ਟ੍ਰੈਂਡ ਤੇ ਚਲਾਇਆ ਈ ਤੇ ਨਾਲ ਆਪਣੇ ਹਿੱਟ ਗਾਣਿਆਂ ਨਾਲ ਵੀ ਆਲਵੇਸ ਟ੍ਰੈਂਡਿੰਗ 'ਚ ਰਹੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਵਨ ਐਂਡ ਓਨਲੀ ਅੰਮ੍ਰਿਤ ਮਾਨ ਦੀ। ਰੀਸੈਂਟਲੀ ਇਹਨਾਂ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਡਬਲ ਬਲੈਕ। ਅੰਮ੍ਰਿਤ ਮਾਨ ਐਂਡ ਐਮਸੀ ਸਕੁਆਇਰ ਨੇ ਗਾਣਾ ਖੁਦ ਹੀ ਲਿਖਿਆ ਹੈ। ਐਂਡ ਜੇ ਮਿਊਜ਼ਿਕ ਦੀ ਗੱਲ ਕਰਾਂ ਦੈਨ ਇਟ ਗਾਟ ਅ ਵੈਰੀ ਗਰੂਵੀ ਬੀਟ ਬਾਏ ਵਨ ਐਂਡ ਓਨਲੀ ਮਰਸੀ ਔਨ ਦ ਬੀਟ।